ਅਜੇ ਮਰੀਅਮ ਕੁਬਰਾ ਦਾ ਪਹਿਲਾ ਕਦਮ ਕਰਬਲਾ ਦੀ ਜ਼ਮੀਨ ਦੀ ਪੁਸ਼ਤ ਨਹਾਇਆ ਅਦਬ ਤੂੰ ਜ਼ਮੀਨ ਕੰਬਣ ਲੱਗ ਗਈ ਹੈ। ਇਹ ਮੁਜਾਵਰ ਹੈਰਾਨ ਹੋਏ ਦੌੜਨ ਲੱਗੇ ਬੀਬੀ ਦੀ ਸੱਜਾਦ ਮੈਂ ਲਹਿ ਪਈਆਂ ਲੇਕਿਨ ਇੱਕ ਆਖ ਹੁਣ ਜਾ ਨਹੀਂ ਮੇਰਾ ਇੱਕ ਪੈਗਾਮ ਆਪਣੇ ਸਰਦਾਰ ਤੋਂ ਲਈ ਵਾਲੀ ਕਬਰ ਚਵਾਲ ਭਜਦਾ ਲੁਕਵਾਈਆ ਕਨੀਸ ਦਾ ਪੁੱਤਰ ਪਿਆ ਦੇ ਉਠ ਤੇ ਚੜੀਆ ਆਪਣੀ ਸਵਾਰੀ ਵਾਲਾ ਉੱਠ ਮੇਰੀ ਕਬਰ ਦੇ ਉੱਤੋਂ ਆ ਕੇ ਗੁਜ਼ਾਰ ਤੇ ਮੇਰੀ ਇੱਕ ਗੱਲ ਦਾ ਜਵਾਬ ਹੀ ਦੇ ਤੇਰਾ ਪੇਕਾ ਨਾਮ ਤਾ ਜ਼ੈਨਬ ਹਾ ਜ਼ੈਨਬ ਹਾ ਮੈਂ ਕੂੰ ਲਸਿਆ ਬਿੰਤੀ ਮਾਮੀ ਕਿਆ ਸਾਵਰਿਆਂ ਦੀ ਜਾਗੀਰ ਵਿੱਚੋਂ ਠੀ ਉਮਲ ਮੇਰੇ
ਵੱਲ ਆਈ ਮੈਂ ਪਿਆਦਾ ਫਿਰਾਂ ਮਰਾ ਕੇ ਵੱਲ ਆਈ ਫਿਰਾਂ ਦੀ ਖਬਰ ਤੇ ਆ ਬੈਠੀ ਹੈ ਮਿਲਣ ਆਈ ਹਾਂ ਹੁਸੈਨ ਤੱਕ ਮਿਲਣ ਆਈ ਹਾਂ ਹੁਸੈਨ ਤੇਰਾ ਸੱਜਾਦ ਬਚ ਗਏ ਬਾਕਰੀ ਬਚ ਗਏ ਭੇਡ ਦੀ ਝੋਲੀ ਖਾਲੀ ਹੁਸੈਨ ਤੇਰੇ ਹਿੱਕ ਦੇ ਲੱਖ ਹੁਸੈਨ ਮੇਰੇ ਪੁੱਤਰਾਂ ਦੀ ਭਾਰਤ ਹੋ ਗਈ ਹੁਸੈਨ ਹੁਸੈਨ ਉਹ ਮੇਰਾ ਬੇਕਫਲ ਸੁੱਤਾ ਹੋਇਆ ਹੁਸੈਨ ਇਹ ਸੋਹਣੀ ਕਬਰ ਕੈਂ ਬਣਾਈ ਕਫਲ ਕੈਂ ਪਵਾਏ ਦਫਲਾਇਆ ਕੈਂ ਨਹੀਂ ਮੈਂ ਤਾਂ ਤੱਕ ਬੇਕਫਲ ਛੋੜ ਗਈ ਹੈ ਹੁਸੈਨ ਹੁਣ ਮੈਂ ਨਾਸ ਹਾਂ ਲੇਕਿਨ ਹੁਸੈਨ ਜਿਹੜਾ ਮੇਰੀ ਮੌਤ ਸੁਣੇ ਹੁਸੈਨ ਇਨਸਾਫ ਆਪ ਕਰੇ ਮੇਰੇ ਕੋ ਨਾ ਪਿਓ ਕਬਰ ਦੀ ਜਾ ਦਿੱਤੀ ਨਾ ਤੈਂ ਦਿੱਤੀ ਧੀਆਂ ਦੀ ਪੇ ਕੇ ਸ਼ੋਰ ਤੇ ਵੱਡੇ ਹੁੰਜ ਲੱਗਦੀ ਹੈ ਹੁਸੈਨ ਮੈਂ ਉੱਥੋਂ ਹੀ ਚੁੱਪ ਕਰਕੇ ਟੁਰੀ ਹਾਂ ਸਫ਼ਰ ਸ਼ੁਰੂ ਕੀਤਾ ਤੇ ਮਦੀਨੇ ਦੇ ਬਾਹਰੋਂ ਆਈ ਮੌਸਮ ਹੈ ਨਾ ਕਿਬਲਾ ਮਦੀਨੇ ਦੇ ਬਾਹਰੋਂ ਆਈ ਸੱਜਾਦ ਕਿੱਥਾ ਆ ਗਏ ਪੁੱਪੀ ਸਾਹਮਣੇ ਮਦੀਨੇ ਬੀਬੀ ਦੀ ਉੱਠ ਬਲਾ ਮੈਂ ਭਰਾ ਦੀ ਸੁਨਤ ਅਦਾ ਕਰਾਂ ਉੱਠ ਬਲਾ ਮੈਂ ਭਰਾ ਦੀ ਸੁਨਤ ਅਦਾ ਕਰਾਂ ਇਹ ਫਨ ਨਹੀਂ ਕਿਬਲਾ ਇਹ ਅਤੀ ਹੈ ਅਹਿਲ ਬੈਤ ਦਾ ਮੇਰੀ ਹਜ਼ਾਰ ਵਾਰ ਮਜ਼ਾ ਲੇ ਉੱਠ ਬਹਿ ਗਏ ਗੁਰਬਤ ਤੋਂ ਰੰਗ ਹਿੱਕ ਨਹੀਂ ਅੰਦਰ ਉਹ ਦੁੱਖ ਸਹਿ ਸਹਿ ਕੇ ਸਿਆਣਨ ਦੇ ਕਾਬਿਲ ਨਹੀਂ ਰਹੇ ਬਸ਼ੀਰ ਜੀ ਮਾਂ ਤੇਰਾ ਬਾਬਾ ਜਦਰਮ ਸ਼ਾਇਰ ਹਾਂ ਕਿਬਲਾ ਮੈਂ ਵੀ ਸ਼ਾਇਰ ਹਾਂ ਫਰਮਿੰਦਰ ਵਾਂਜ ਸ਼ਹਿਰ ਦੇ ਲੋਕਾਂ ਕੋ ਡਾਸਾ ਸੱਜਾਦ ਵੱਲ ਹੈ ਨਾ ਤੇਰੀ ਬਿਸਾਤ ਹੀ ਨਹੀਂ ਤੇਰੀ ਹਿੰਮਤ ਹੀ ਨਹੀਂ ਨਰੋਵੇ ਵੰਜਣ ਲੋਕਾਂ ਕੁਡਾਸਾ ਸੱਜਾਦ ਵੱਲ ਆਏ ਵੰਜਣ ਲੋਕਾਂ ਕੁਡਾਸਾ ਜ਼ੈਨਬ ਵੱਲ ਆਈਏ ਵੰਜਣ ਲੋਕਾਂ ਕੁਡਾਸਾ ਜਿਹੜੇ ਬਚ ਗਏ ਹਨ ਕਰਬਲਾ ਚ ਜਾਂ ਸ਼ਾਮ ਵਿੱਚ ਉਹ ਵੱਲ ਆਏ ਬਸ਼ੀਰ ਇੱਕ ਸਿਆਲ ਮੁੰਡ ਤੇ ਚਾਹੇ ਗਰੀਬਾਨ ਚਾਹ ਕੇ ਵਾਲਤ ਮਿੱਟੀ ਗਲੀਆਂ ਟੁਰਦਾ ਵਧਾ ਤੇ ਆਦਾ ਵਧਾ ਲੋਕੋ ਮਦੀਨੇ ਦੇ ਸਰਦਾਰ ਆ ਗਏ ਜੋ ਕੁਛ ਮੈਂ ਹਕੀਰ ਦੀ ਤਹਿਕੀਕ ਹੈ ਇੱਕ ਸੱਤ ਅੱਠ ਸਾਲ ਦਾ ਬੱਚਾ ਹੈ ਇਹਦਾ ਨਾਂ ਹੈ ਜਾਫਰ ਇਹ ਪੁੱਤਰ ਹੈ ਖੁਦਾਵੰਦ ਦੇ ਜਨਾਬ ਹਜ਼ਰਤ ਅਬਾਸ ਦਾ ਹਵੇਲੀ ਚੁੱਥਾ ਹੈ ਜਿੱਥੇ ਮਿੱਟੀ ਅਤੇ ਗੈਰਤ ਅਤੇ ਸ਼ੁਜਾਤ ਦਾ ਮਰਕਜ਼ ਉਹ ਮਾਂ ਬੈਠੀ ਆਈ ਜਿਹਦੇ ਖੀਰ ਦੇ ਮੁਕੱਦਸ ਅਤੇ ਮਾਸੂਮ ਅਸਰ ਦਾ ਨਾਂ ਹੈ ਅਬਾਸ ਡਾਡੀ ਦੇ ਕੋਲਾ ਬੈਠੇ ਹੱਥ ਨਾਲ ਹੱਥ ਬੰਨ ਕੇ ਤੇ ਡਾਡੀ ਉੱਤਰ ਦੇਖੋ ਬੀਬੀ ਸਰ ਚਾਏ ਬੰਦੇ ਜਿਹਾ ਸਿਆਹ ਆਲਮ ਮੁੰਡੇ ਤੇ ਚਾਈ ਵਧੇ ਗਰੀਬਾਨ ਚਾਹ ਕੇ ਵਾਲਚ ਮਿੱਟੀ ਰੋਂਦਾ ਵਧੇ ਤੇ ਆਦਾ ਵਧੇ ਲੋਗੋ ਮਦੀਨੇ ਦੇ ਸਰਦਾਰ ਆ ਗਏ ਬੀਬੀ ਇਹਦੀ ਪਤਾ ਕਰ ਹੁਣ ਉਹ ਬੰਦਾ ਕਿੱਥੇ ਬਸ਼ੀਰ ਅਦੇ ਜਾਫਰ ਅਦੇ ਡਾਢੀ ਸੋਹਣਾ ਨਬੀ ਦੀ ਕਬਰ ਬੈਠੇ ਬੀਬੀ ਇਹਦੀ ਗੋਜ਼ਈਫਾ ਲੇਕਿਨ ਅਲੀ ਦਾ ਹਰਾਮਾ ਮਨ ਸਾਦਾਤ ਦੀ ਅਜ਼ਮਤ ਸੁਣ ਦਿਓ ਸਾਦਾਤ ਦਾ ਗੁੱਸਾ ਜਾਂ ਗੈਜ਼ ਉਹ ਗਜ਼ਬ ਸੁਣ ਦਿਓ ਤਾਂ ਇਹਦਾ ਜੋਸ਼ ਆਨੇ ਇੱਕ ਵਾਰੀ ਜੋ ਜਾਫਰ ਆਖਾ ਉਹ ਅਹਿਲੇ ਮਦੀਨਾ ਆਪਣੀਆਂ ਅੱਖਾਂ ਬੰਦ ਕਰੋ ਅਬਾਸ ਦੀ ਮਾਂ ਪਈ ਆਉਂਦੀ ਹੈ ਖੁਦਾ ਤੁਹਾਡੀ ਜ਼ਿੰਦਗੀ ਦਾ ਬਸ਼ਰ ਤੋਂ ਦਰਕਿਨਾਰ ਪਰਿੰਦਿਆਂ ਦੀਆਂ ਪਰਵਾਜ਼ਾਂ ਹੀ ਮੁਅੱਤਲ ਹੋ ਗਈਆਂ ਇੱਕ ਹੱਥ ਮਾਸੂਮ ਪੋਤਰੇ ਦੇ ਸਰ ਤੇ ਇੱਕ ਹੱਥ ਵਿੱਚ ਆਸਾ ਟੁਰਦੀ ਟੁਰਦੀ ਨਬੀ ਕਰੀਮ ਦੀ ਕਬਰ ਦੇ ਪੈਰਾਂ ਵਾਲੇ ਪਾਸੋਂ ਆਈ ਸਰ ਝੁਕਾ ਕੇ ਦੀ ਕਾਇਨਾਤ ਦੀ ਤਖਲੀਕ ਦਾ ਸਬਬ ਕਨੀਜ਼ ਦਾ ਸਲਾਮ ਵੀ ਬਸ਼ੀਰ ਦੇ ਕੋਲ ਬਹਿ ਗਈ ਤੇ ਫਰਮਾਇਆ ਬੰਦਾ ਹੈ ਖੁਦਾ ਇਹ ਐਲਾਨ ਤੂੰ ਕੀਤਾ ਜੋ ਹੁਸੈਨ ਵੱਲ ਆਏ
بشیر آدھا بی بی میں انت نہیں آکھا حسین والا ہے میں تاکھا لوگو زینب والا ہے بی بی ادھی میرا حسین نہیں آیا فرمایا چیرس حسین دے نال ایک میرا پتر ہے بی بی کہنا ہے تارے پتر دے فرمایا عباس بشیر آدھا عباس دی والدہ تو ہے فرمایا ہاں بشیر آدھا مٹی تے میں تھی فاتحہ جھل چا پتر دے غم میں چار ہنجو سٹ عباس مری گئے فرمایا کڈن کٹھے بشیر آدھے ڈامی محرم دے نی بی بی آدھی میں سنے میرا حسین ڈامی دے نی کٹھے بشیر آدھے جی ہاں فرمایا چاہے رس میرا عباس حسین تو پہلے کٹھے یا پچھے میں محنت کرن دا دیا محنت کرانم کی تھی رومنا اپنی عبادت واسطے میرا عباس حسین تو پہلے کٹھے یا پچھے بشیر آدھے پہلے بی بی آدھی الحمدللہ اچھا ہی کل ہو رس کتنے پیدل ہیں کتنے سوار ہیں کتنے انہوں کو ہتھیار ہیں کتنے دن لڑے ہیں میرا عباس بشیر آدھے بی بی آدھے بڑا لمبا دیا فسانہ بنا دیتا ہے تو ساں میرے علم میں تیو کجے باہاں گھوڑے تے چڑھے ہیں کپی گئی ہیں آس ایک بندے گرز دوار کی تستر عباس گھوڑے تو لت ہے عباس دی ماں دے تیور بدلن جھنک کیا دی شکایت نہ کر بی بی شکایت کی میں فرمایا میں کو اپنا کھیر تے ضمیر میں کو میرا کھیر تے ضمیر اے اجازت نہیں رہنا جو ایک بندے تو میرا عباس مریب ہوئے بشیر ادھے دکھ تئی ہوئے تیرے عباس کو پابند کر کے مرایا نے میں نہ کروں میں نہ کروں بزرگ میری ہزار مجال ہے دکھ تئی ہوئے تیرے عباس کو پابند کر کے مرایا نے آندے رہ گئے لوگ ایک عورتاں دا ٹولا بنو ہاشم دے محلے چ گزرے ایک بے کو آدھی نوکو رسی جلو جائے کو سجنہ دی سکھ ودی جمعے دی حویلی چاہیے نہ کے رٹھا نے سغرا کوئی نہیں ان تالی مکانہ دے جندرے مقفل ہیں ہر دروازے تے زنگ چڑھی ہوئی ہے ایک دروازہ آدھ کھلا ہے اندر رٹھا نے آ کے رٹھا ایک بیمار ہے منہ دے بھر زمین کی سوتی پئی ہے کوئی پیروں دے نشان ہیں جڑے ہنجوں دے پانی نال بٹھتے پین جنہاں تے منہ رکھ کے پیا دیے تو تدن ول سیں جنا میں مر ویسا عورتاں قریب آئیں تلیاں مسلدیاں رہیں سغرا نہیں جاگی ایک عورت دی ہٹو میں جگاواں سر چا کے جھولی پائے کن تے منہ رکھ کے دی سغرا 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 رات دی رونے چپ نہ کرن علی سغرا او زخمی متھے علی سغرا حسین دی بیمار دی سغرا جاگ اکبر آ گئے جنا اکبر دنا ہے اکھا ماندر ماں کھول کے دیا بسم اللہ میں تو سکھ دی ودیاں کہ اور پاہ دی رکھا نہیں تیرے سجن مدینے دے باروں آئے ہیں مہربانی کرو انتظار اس مار کے تم مارن میں جان کھول اس پانی بھرا ماں خوابے دی نسل دلا ماں چاچے دی کرسی لاما اسکر دا پی گھاڑا آپ دا پی مقصود اس مقصود کھولا تیرے سجن تکیا دے ہیں بھج بھج کے دروازے ودی کھلے دیئے لیکن تقدیر دی نال نال صدا پئی آندی ہے جلدی نہ کر اکبر کوئی نہیں بھی آیا سارے دروازے کھلا کے عورتیں چل کے اس خیمے چاہیے جی تو دور دیا تھکیاں اور بیویاں بیٹھی جنہ دے چہرے لکھ سہ سہ کے سنیان اندر قابل نہیں اندر آئی بیویاں بیویاں میرے سلام ذہن اچ رکشہ جما کے دسو کیوں جے وقت ہو سی جدہ سغرا سلام کی تو سی ماں